ਆਮ ਦੋਸਤਾਂ ਨੂੰ ਭਰਾਵਾਂ ਨੂੰ ਉਸਤਾਦ ਅਸਬਲੋਰੀ ਦਾ ਅਸਲਾਮੁਅਲੈਕਮ ਮੇਰੇ ਦੋਸਤੋ ਮੇਰਾ ਤੁਸੀਂ YouTube ਤੇ ਚੈਨਲ ਦੇਖਦੇ ਪਿਓ ਉਸਤਾਦ ਅਸਬਲੋਰੀ ਪ੍ਰਾਈਸ ਪੌਣ ਜਿਹੜਾ ਘਰੇ ਬਣ ਮੈਂ ਪਿਛਲਾ 750 ਵਾਲਾ ਟਰਾਰ ਜਿਹੜਾ ਤਾਂ ਦੇਖ ਪੇਸ਼ ਕੀਤਾ ਸੀ ਵੀ ਰਾਵਲ ਪੰਡੀ ਦਾ ਟਰਾਰ ਆ ਰਿਹਾ ਜੇ ਇੱਥੇ ਓਪਨ ক্লোਜ਼ ਦੀ ਚਾਲ ਏ ਤੇ ਮੇਰੇ ਦੋਸਤੋ ਔਰ ਗਾਲੇਬਨ ਪਿਛਲਾ ਟਰਾਜ ਇਹਦਾ 750 ਵਾਲਾ ਗੁਜ਼ਰਿਆ ਉਹਦੇ ਵਿੱਚ ਮੈਂ ਚੰਦ ਚੀਜ਼ਾਂ ਲਿਖੀਆਂ ਸੀ ਮੈਂ ਕਿਹਾ ਜੀ ਮੇਰੇ ਦੋਸਤੋ ਲੂਟਰੀਨਾ ਚਲਦੀਆਂ ਪਈਆਂ ਜੇ ਦੇਖੋ ਜਰਾ ਮੈਂ 802 ਦਾ ਤਲਕ ਕਿਹਾ ਸੀ ਤੇ 802 ਦਾ ਤਲਕ ਲੱਗਣਾ ਚਾਹੀਦਾ ਔਰ ਗਾਲੇਬਨ ਇਹਦੇ ਜੋ ਹਿੰਸਾ ਸੈਕਿੰਡ ਲੱਗ ਕੇ ਗਿਆ 08 ਲੱਗ ਕੇ ਗਈ ਹੈ ਔਰ 23 ਲੱਗ ਕੇ ਗਈ ਹੈ ਫਸਲਾ ਦਾ تعلق ਇਥੋਂ ਟੁੱਟ ਗਿਆ ਫਿਰ ਮੈਂ ਤੁਹਾਨੂੰ ਕਹੇ ਸ ਮੇਰੇ ਦੋਸਤੋ ਸਾਢੇ 750 ਤੋਂ ਸਾਢੇ 750 ਦੇ ਤੀਸਰੇ ਤੋਂ ਤੀਸਰੇ ਰਾਹ ਦੀ ਰੁਟੀਨ ਚੱਲਦੀ ਪਈ ਹੈ ਸਿਰਫ ক্লোਜ਼ ਦੀ ਠੀਕ ਹੈ ਮੇਰੇ ਦੋਸਤੋ ਜਿਹੜੇ ਵਿੱਚੋਂ ਮੈਂ ਤੁਹਾਨੂੰ 0.5 27 ਤੱਕ ক্লোਜ਼ ਕੀਤਾ ਅੱਜ ਵੀ ਦੂਸਰਾ ਇਨਸ਼ਾ 0.5 27 ਤੱਕ ਲੱਗ ਕੇ ਜਾਏਗਾ ਇਨਸ਼ਾ ਅੱਲਾਹ ਤਾਲਾ ਔਰ ਗਾਲੇ ਬਣ ਪਚਾ 35 ਲਾ ਕੇ ਗਈਏ ਪੰਜ ਦਾ ক্লোਜ਼ ਪਾਸ ਹੋ ਕੇ ਗਿਆ ਫੇ ਮੇਰੇ ਦੋਸਤੋ ਤੁਹਾਨੂੰ ਐਡ ਰੂਟਿਨ ਕੀਤੀ ਸੀ 750 ਤੋਂ ਤਾਲੁਕ ਆਕਰ ਦੀ ਰੂਟਿਨ ਜਿਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ 0516 ਤੋਂ ਬਗੈਰ ਡਰਾ ਨਾ ਮੁਕੰਮਲ ਹੋ ওপਨ ক্লোਜ਼ ਉਤੋਂ ਹਿੱਸਾ ਲਾ ਕੇ ਚਾਹੀਦਾ 750 라ਵਲ ਪਿੰਡੀ ਜੋ ਡਰਾ ਆ ਰਿਹਾ ਸੀ ਹੋ ਰਿਹਾ ਸਮੈ ਗੈਸ ਲੈਂ ਸਾਂ ਬੇ 0516 ਦਾ ਲਫਜ਼ ਜਿਹੜਾ ਨਾ ਉਹ ক্লোਜ਼ ਲੱਗੇ ਦਾ ਓਪਨ ক্লোਜ਼ ਲੱਗੇ ਦਾ 0516 ਦਾ ਇਹਦੇ ਤੋਂ ਗੱਲ ਬਣ ਪੰਜ ਦਾ ক্লোਜ਼ ਲੱਗ ਕੇ ਗਿਆ ਠੀਕ ਹੈ ਮੇਰੇ ਦੋਸਤੋ ਫਿਰ ਮੈਂ ਦੋਸਤੋ ਇੱਕ ਗੱਲ ਕਹੀ ਤੁਹਾਨੂੰ ਅਬਿਉਡੀ ਦੇ ਵਿੱਚ 5605 ਦਾ ਲਫਜ਼ ਨੂੰ ਓਪਨ ਓਪਨ ক্লোਜ਼ ਬਣਾ ਲਓ ਨਹੀਂ ਤੇ ਹਿੰਸੇ ਨਾਲ ਹਿੰਸਾ ਜੋੜ ਕੇ ਬਣਾ ਲਾ ਲਾ ਦੇਖੋ ਹਿੰਸੇ ਨਾਲ ਹਿੰਸਾ ਜੋੜ ਕੇ 35 ਪਾਸ ਹੋਈ ਠੀਕ ਹੈ ਮੇਰੇ ਦੋਸਤੋ ਅੱਜ ਦੇ ਜਿਹੜੀ ਚੀਜ਼ ਮੈਂ ਲੈ ਕੇ ਆਇਆ ਉਹ ਲੈ ਕੇ ਆਇਆ ਜੇ ਮੇਰੇ ਦੋਸਤੋ ਅੱਲਾਹ ਪਾਗੋ ਜਿੰਦਗੀ ਤੰਦਰੁਸਤੀ ਦਵੇ ਅੱਜ ਦੇ ਜਿਹੜੀ ਚੀਜ਼ ਲੈ ਕੇ ਆਇਆ ਮੇਰੇ ਦੋਸਤੋ ਬੜੀ ਸ਼ਾਨਦਾਰ ਲੈ ਕੇ ਆਇਆ ਉਹ ਚੀਜ਼ ਇਹ ਲੈ ਕੇ ਆਇਆ ਤੁਸੀਂ 28 ਲਾਟਰੀ ਦਾ ਮੇਰੇ ਕੋ ਮੈਂ ਤੁਹਾਨੂੰ ਗੈਸ ਦੇ ਰਿਹਾ ਹਾਂ ਸਿਰਫ 28 ਲਾਟਰੀ ਦਾ ਤੁਸੀਂ ਸਤਾ ਦਾ ਸਬਲੋਰੀ ਪ੍ਰਾਈਜ਼ ਬਾਂਡ ਚੈਨਲ ਦੇਖਦੇ ਪਿਓ ਮੇਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਔਰ ਬੈਲ ਵਾਲਾ ਬਟਨ ਲਾਜ਼ਮੀ ਦਬਾਇਆ ਕਰੋ ਤਾਂ ਕਿ ਤੁਹਾਡੇ ਕੋਲ ਅੱਛੀ ਤੋਂ ਅੱਛੀ ਮੇਰੀ ਵੀਡੀਓ ਆਵੇ ਇਹ 28 ਲਾਟਰੀ ਦਾ ਮੈਂ ਗੈਸ ਲੈ ਕੇ ਆਇਆ ਜੀ ਮੇਰੇ ਦੋਸਤੋ ਜਿਹੜਾ ਗਾਲਬਨ ਕਾਫੀ ਟਰਾਮਾ ਤੋਂ ਚੱਲਦਾ ਪਿਆ రికార్ਡ ਤੁਹਾਡੇ ਕੋਲ ਉਹ ਇਹਦਾ ਦੇਖ ਲੈਣਾ ਇਹ 00 ਲੱਗੀ ਸੀ ਇਹਦੇ ਥੱਲੇ 75 ਲੱਗੀ ਸੀ ਕਲੋਜ਼ ਜੁਟਦਾ ਸਫਾ ਕੱਲੀ ਦਾ ਠੀਕ ਹੈ ਮੇਰੇ ਬਾਅਦ ਚ ਦੋ ਦੋ ਦਾ ਸੈੱਟ ਸੀ ਫਿਰ 53 ਆਈ ਇਹਦਾ ਕਲੋਜ਼ ਕੱਲੀ ਸੀ ਥੱਲੇ ਸਫਾ ਜੁਟਦਾ ਆਣਾ ਸੀ ਪਾਸ ਹੋ ਗਿਆ ਸਿਰਫ 750 ਜਿਹੜਾ ਟਾਰ ਹੈ 7500 ਦਾ 24 ਲੱਗੀ ਕਲੋਜ਼ ਜੁਟ ਸੀ ਥੱਲੇ ਸਫਾ ਕੱਲੀ ਦਾ ਆਇਆ 14 ਲੱਗੀ ਉੱਤੇ ਕੋਲੋ ਜੁਟਦਾ ਸੀ ਥੱਲੇ ਸਫਾ ਕੱਲੀ ਦਾ ਆਇਆ ਫਿਰ ਜੀਦੋ 6 ਆਈ ਉੱਤੇ ਕੋਲੋ ਜੁਟਦੇ ਥੱਲੇ ਸਫਾ ਕੱਲੀ ਦਾ ਆਇਆ ਫਿਰ ਆਇਆ 96 ਉੱਤੇ ਕੋਲੋ ਜੁਟਦਾ ਆ ਥੱਲੇ ਸਫਾ ਕੱਲੀ ਦਾ ਆਇਆ ਠੀਕ ਹੈ ਮੇਰੇ ਬਾਅਦ 52 ਪਾਸ ਹੋ ਗਈ ਫਿਰ ਮੇਰੇ ਦੋਸਤੋ ਇਹ ਜਗ੍ਹਾ ਤੇ 56 ਲੱਗੀ ਸੀ ਜਾਨੀ ਕੋ ਸੈਟ ਪੂਰਾ ਹੋ ਗਿਆ ਇਹ ਟਰਾਲ ਲੱਗ ਕੇ ਕੋਈ ਤਾਂ ਕਾਂਟਾ ਵੱਜ ਗਿਆ ਸੀ ਠੀਕ ਹੈ ਨਾ कोरोना ਪੈ ਗਿਆ ਸੀ ਇਹਦੀ ਵਜ੍ਹਾ ਤੋਂ ਕੰਟਾ ਫਿਰ 50 ਲੱਗੀ ਕਲੋਜ਼ ਜੁਟਾ ਥੱਲੇ ਸਫਾ ਕੱਲੀ ਦਾ ਆਇਆ ਫਿਰ 50 ਲੱਗੀ ਸਫਾ ਜੁਟਦਾ ਕਲੋਜ਼ ਜੁਟਦਾ ਸਫਾ ਕੱਲੀ ਦਾ ਆਇਆ ਫਿਰ 04 ਲੱਗੀ ਠੀਕ ਹੈ ਨਾ ਕਲੋਜ਼ ਜੁਟਦਾ ਸਫਾ ਕੱਲੀ ਦਾ ਆਇਆ ਫਿਰ ਮੇਰੇ ਦੋਸਤੋ 65 ਲੱਗੀ ਕਲੋਜ਼ ਕੱਲੀ ਦਾ ਆਇਆ ਸਫਾ ਜੁਟਦਾ ਆਇਆ ਫਿਰ 91 ਲੱਗੀ 91 ਤੇ 2022 ਦਾ ਆਖਰੀ ਟਰਾ ਲੱਗਾ ਸੀ ਕਿ ਲੋਧ ਕੱਲੀ ਸੀ ਸਫਾ ਜੁੱਟ ਆਣਾ ਸੀ ਸੈਟ ਪੂਰਾ ਅੱਜ ਮੇਰੇ ਦੋਸਤੋ 84 ਤੇ ਤੁਸੀਂ ਖਲੋਤੇ ਹੋ ਕਿ ਲੋਧ ਲੱਗਾ ਜੇ ਜੁੱਟਦਾ ਸਫਾ ਆਣਾ ਜੇ ਮੇਰੇ ਦੋਸਤੋ ਕੱਲੀ ਦਾ ਅੱਲਾਹ ਪਾਕ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਦੇਖੋ ਤੁਸੀਂ ਮੇਰਾ ਚੈਨਲ ਦੇਖਦੇ ਪਿਓ 우ਸਤਾਦ ਆਸਫ ਲੋਹੜੀ ਦਾ ਫੇਸਬੁਕ ਪੇਜ ਦੇਖਦੇ ਪਿਓ ਅਜਨੇ ਕੇ YouTube ਤਾਂ ਦੇਖਦੇ ਪਿਓ ਅੱਲਾ ਪਾਖ ਤੋ ਜ਼ਿੰਦਗੀ ਤੰਦਰੁਸਤੀ ਦਵੇ ਸਤਾਦ ਅਸਬਲੋੜੀ ਪ੍ਰਾਈਸਪੋਂ ਦੇਖਦੇ ਪਿਓ ਅੱਲਾ ਪਾਖ ਤੋ ਜ਼ਿੰਦਗੀ ਤੰਦਰੁਸਤੀ ਦਵੇ ਮੇਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਔਰ ਬੈਲ ਵਾਲਾ ਬਟਨ ਲਾਜ਼ਮੀ ਦਬਾਇਆ ਕਰੋ ਤਾਂ ਕਿ ਮੈਂ ਤੁਹਾਡੇ ਆਸ ਅੱਛੀਆਂ ਤੋਂ ਅੱਛੀਆਂ ਵੀਡੀਓ ਟਾਈਮ ਸਿਰ ਮੇਰੀਆਂ ਤੁਹਾਨੂੰ ਪਹੁੰਚਣ ਮੇਰੇ ਦੋਸਤੋ ਇਹ ਅਗਲੀ ਰੂਟੀਨ ਜੇ ਇਹ 4 4 ਦਾ ਸੈਟ ਜੇ 2022 ਦੇ ਵਿੱਚ 33 ਇੱਕ ਲੱਗੀ। ਥਾਈ ਲਾਟਰੀ ਚ। ਓਰੇ ਬਾਅਦ 92 9 ਲੱਗੀ। ਮੇਰੇ ਦੋਸਤੋ ਓਰੇ ਬਾਅਦ 94 3 ਲੱਗੀ। ਓਰੇ ਬਾਅਦ 48 4 ਲੱਗੀ। ਮੇਰੇ ਦੋਸਤੋ ਇਹ ਦੇਖੋ ਸਫਾ ਆਇਆ ਕੱਲੀ ਦਾ। ਸਫਾ ਆਇਆ ਕੱਲੀ ਦਾ। ਸਫਾ ਆਇਆ ਕੱਲੀ ਦਾ। ਇਹ ਸਫਾ ਚੁਫਤ ਦਾ ਆਇਆ। ਇਹਦਾ ਮਤਲਬ ਹੈ ਹੋਇਆ ਮੇਰੇ ਦੋਸਤੋ। ਤਿੰਨ ਕੱਲੀ ਦੇ ਸਫੇ ਲੱਗੇ ਇੱਕ ਜੁਟ ਦਾ ਲੱਗਾ। 48 ਤੋਂ ਬਾਅਦ 61 ਲੱਗੀ 61 ਤੋਂ ਬਾਅਦ 91 ਲੱਗੀ 91 ਤੋਂ ਬਾਅਦ 12 ਲੱਗੀ 12 ਤੋਂ ਬਾਅਦ 37 ਲੱਗੀ ਇਹ ਮੇਰੇ ਦੋਸਤੋ ਕਰੰਟ ਚੱਲਦਾ ਪਿਆ ਠੀਕ ਹੈ ਮੇਰੇ ਦੋਸਤੋ ਇਹ ਸਫਾ ਜੁਟ ਸੀ ਇਹ ਕਲੀ ਆਇਆ ਇਹ ਕਲੀ ਆਈ ਇਹ ਕਲੀ ਆਈ ਤਿੰਨ ਕਲੀ ਦੇ ਸਫੇ ਆਏ ਇੱਕ ਜੁਟਦਾ ਆ ਠੀਕ ਹੈ ਨਾ ਮੇਰੇ ਦੋਸਤੋ ਉਸੇ ਤਰ੍ਹਾਂ ਤਿੰਨ ਕਲੀ ਦੇ ਇੱਕ ਜੁਟਦਾ ਤਿੰਨ ਕਲੀ ਦੇ ਇੱਕ ਜੁਟਦਾ ਫਿਰ 845 ਲੱਗੀ 2022 ਦਾ ਆਖਰੀ ਰਾ 28 ਲਾਟਰੀ ਦਾ 845 2023 ਦੇ ਵਿੱਚ 15 7 ਲੱਗੀ 81 2 ਲੱਗੀ ਤੇ 29 7 ਲੱਗੀ ਮੇਰੇ ਦੋਸਤੋ ਦੇਖੋ ਤਿੰਨ ਸਫੇ ਜੁੱਟਦੇ ਆ ਇੱਕ ਕਲੀ ਦਾ ਆ ਠੀਕ ਹੈ ਮੇਰੇ ਦੋਸਤੋ ਫਿਰ ਉਸ ਤੋਂ ਬਾਅਦ 59 0 ਲੱਗੀ 41 7 ਲੱਗੀ 05 ਲੱਗੀ ਤੇ 087 ਲੱਗੀ ਸਫਾ ਕਲੀ ਦਾ ਜੇ ਜੁਟਦਾ ਆ ਸਫਾ ਜੁਟਦਾ ਆ ਜੁਟਦਾ ਆ ਠੀਕ ਹੋ ਗਿਆ ਅੱਲਾ ਤੋ ਨਾ ਜ਼ਿੰਦਗੀ ਤੰਦ ਤੁਸੀਂ ਦੇ ਮੈਂ ਫੇਰ ਸਮਝਾ ਦੇ ਉੱਤੇ ਆਇਓ ਤੇ ਸਾਹਮਣੇ ਆਇਓ ਇਹ ਦੋ ਸੈਟ ਸੀ ਤਿੰਨ ਸਫੇ ਕਲੀ ਦੇ ਇੱਕ ਜੁਟਦਾ ਤਿੰਨ ਸਫੇ ਕਲੀ ਦੇ ਇੱਕ ਜੁਟਦਾ ਇਹ 8 ਦਾ ਪੂਰੇ ਹੋ ਗਏ ਫਿਰ 8 ਦਾ ਤਿੰਨ ਸਫੇ ਜੁਟ ਤੇ ਇੱਕ ਕਲੀ ਦਾ ਤਿੰਨ ਸਫੇ ਜੁਟਦੇ ਇੱਕ ਕਲੀ ਦਾ ਤਿੰਨ ਜੁਟ ਤੇ ਇੱਕ ਕਲੀ ਤਿੰਨ ਜੁਟ ਤੇ ਇੱਕ ਕਲੀ ਉਹਦੇ ਤਿੰਨ ਕਲੀਆਂ ਤੇ ਇੱਕ ਜੁਟ ਤਿੰਨ ਕਲੀਆਂ ਤੇ ਇੱਕ ਜੁਟ ਫਿਰ ਦੁਬਾਰਾ ਉਹ ਕਲੀ ਵਾਲਾ ਸਿਸਟਮ ਇਧਰ ਆਣਾ ਸੀ ਦੇਖੋ 087 ਤੋਂ ਬਾਅਦ 98 ਚਾਲ ਲੱਗੀ 84 3 ਲੱਗੀ 13 2 ਲੱਗੀ ਤੇ 12 1 ਲੱਗੀ ਫਿਰ ਵਾਪਸ ਤਿੰਨ ਤਿੰਨ ਸਫੇ ਕਲੀ ਦੇ ਹੀ ਲੱਗਨੇ ਚਾਹੀਦੇ ਕਲੀ ਆਈ ਕੱਲੀ ਆਈ ਕੱਲੀ ਆਈ ਇੱਥੇ ਜੁਟਦਾ ਸਫਾ ਆ ਠੀਕ ਹੈ ਨਾ ਜਿਵੇਂ ਉਸ ਤਿੰਨ ਕੱਲੀ ਦੇ ਫਿਰ ਤਿੰਨ ਕੱਲੀ ਦੇ ਇੱਕ ਜੁਟਦਾ ਫਿਰ ਤਿੰਨ ਜੁਟਦੇ ਇੱਕ ਕੱਲੀ ਦਾ ਤਿੰਨ ਜੁਟਦੇ ਇੱਕ ਕੱਲੀ ਦਾ ਸੈੱਟ ਪੂਰਾ ਹੋ ਗਿਆ ਫਿਰ ਵਾਪਸ ਤਿੰਨ ਕੱਲੀ ਦੇ ਇੱਕ ਜੁਟਦਾ ਅੱਜ ਵੀ ਜੁਟਦਾ ਸਫਾ ਲੱਗ ਚੁੱਕਿਆ 26 5 12 ਤੋਂ ਬਾਅਦ ਔਰ ਇਹ ਬਾਅਦ 92 2 ਔਰ ਇਹ ਬਾਅਦ 16 9 ਮੇਰੇ ਦੋਸਤੋ ਇੱਥੇ ਜੁਟਦਾ ਸਫਾ ਲੱਗ ਚੁੱਕਿਆ ਸੀ ਇਹਦਾ ਇੱਥੇ ਵੀ ਕੱਲੀ ਦਾ ਸਫਾ ਆਣਾ ਸੀ ਇੱਥੇ ਵੀ ਕੱਲੀ ਦਾ ਸਫਾ ਆਣਾ ਸੀ ਮੇਰੇ ਦੋਸਤੋ ਸਫਾ ਕੱਲੀ ਦਾ ਆਣਾ ਇਹ 28 ਲਾਟਰੀ ਦਾ ਜਿਹੜਾ ਮੈਂ ਗੈਸ ਲੈ ਕੇ ਆਇਆ ਮੇਰੇ ਦੋਸਤੋ ਇਹਦੇ ਵਿੱਚੋਂ ਕੋਈ ਓਪਨ ਪਸੰਦ ਕਰ ਲੈਣਾ ਔਰ ਮੇਰੀ ਵੀਡੀਓ ਦੇਖ ਕੇ ਲਾਈਕ ਕਰਿਆ ਕਰੋ ਔਰ ਸ਼ੇਅਰ ਕਰਿਆ ਕਰੋ ਤਾਂ ਕਿ ਮੈਂ ਤੁਹਾਨੂੰ ਮੇਰਾ ਕੋ ਬੈਲ ਵਾਲਾ ਬਟਨ ਦਬਾਓ ਮੇਰੀ ਆਉਣ ਵਾਲੀ ਵੀਡੀਓ ਤੁਹਾਦੇ ਕੋ ਜਲਦੀ ਤੋਂ ਜਲਦੀ ਪਹੁੰਚੇ ਠੀਕ ਹੈ ਮੇਰੇ ਦੋਸਤੋ ਤਮਾਮ ਦੋਸਤਾਂ ਦਾ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਉਸਤਾਦ ਅਸਬ ਲੋਰੀ ਦਾ ਅਸਲਾਮੁਅਲੈਕਮ